ਇੱਥੇ ਬਹਿ ਜਾ, ਚੱਲ ਸਿੱਧੀ ਹੋ ਕੇ ਬਹਿ ਜਾ, ਬਹਿ ਜਾ। ਲੱਤਾਂ ਲੈ ਗਈਆਂ ਜਦੋਂ ਉਦੋਂ ਫਿਰ ਲੱਤਾਂ ਜਦੋਂ ਲੈ ਗਈਆਂ ਫਿਰ ਮੇਰੇ ਭਰਾਵਾਂ ਦੀ ਵੀ ਬੰਦ ਹੋ ਗਈ, ਉਹ ਵੀ ਮਾਤਰ ਗਏ ਭਰਾ ਮੇਰੇ ਦੋ। ਅੱਛਾ, ਤੇ ਨਹੀਂ ਸੱਚ ਪਿਓ ਮੇਰਾ ਮਰਿਆ ਸੀਗਾ, ਜਿਹੜਾ ਮੇਰੇ ਭਰਾ ਸੀਗੇ ਉਹ ਅੱਲਾ ਜਾਣੇ ਆਏ ਨੂੰ ਸੀ, ਆਏ ਨੂੰ ਪਾਸੇ ਜੇ ਖੜੇ ਗੱਡੀ ਲੰਘ ਗਈ ਆ, ਜਦੋਂ ਉਦੋਂ ਲੰਘ ਗਿਆ ਮੇਰੇ ਭਰਾ ਤੋਂ ਮੈਂ, ਤੇ ਪਹਿਲਾਂ ਇੱਦਾਂ ਤੁਰੇ ਆਏ ਹੈਗੇ ਉਹਦਾ ਨੰਘਾ ਤਾ ਲੰਘ ਗਏ ਆ ਸੁਣ, ਅਤੇ ਪਰ ਮੈਨੂੰ ਆਲਾ ਚਾਹੇ ਆਏ ਆਏ ਪਈ ਮੈਂ ਸਿੱਧੀ ਸਿੱਧੀ ਰਹੀ, ਮੈਂ ਆਲਾ ਚਾਹੇ ਬੜੇ ਸੋਹਣੇ ਪਈ ਰਹੀ ਹਾਂ, ਅਤੇ ਮੇਰੇ ਪਿਓ ਦੀਆਂ ਲੱਤਾਂ ਲੈ ਗਈਆਂ ਅੱਧਾ ਜਾਣੇ ਸਿੱਧਾ ਪੰਡ ਵਿੱਚ ਬੰਨ੍ਹ ਕੇ ਮੇਰੇ ਭਰਾਵਾਂ ਨੂੰ ਨਾ, ਅਤੇ ਉੱਥੇ ਰੱਖ ਦਿੱਤੇ ਖਰਾ ਕਿੱਥੇ ਸਿੱਧੇ ਹੋਣਗੇ ਕਿੱਥੇ, ਹਾਂ ਉਹ ਤਾਂ ਸਿੱਧੇ ਹੀ ਗਏ ਆ ਲੋਕਾਂ ਨੇ, ਜਿਹਦੇ ਹੇਠਾਂ ਆ ਗਏ ਨਾ ਗੱਡੀ ਦੇ ਸਾਰੇ, ਅਤੇ ਮੈਂ ਵੇਖ ਰਿਹਾ ਮੈਂ ਆਏ ਨਾਲ ਪਈ ਆਏ ਨਾਲ ਹੀ ਆਏ, ਕੁਛ ਨਹੀਂ ਮੈਨੂੰ ਹੋਇਆ ਅੱਜਾ ਆਏ ਅੱਜਾ। ਅੱਛਾ ਅੱਬਾ, ਤੁਹਾਡਾ ਦੀਆਂ ਲੱਤਾਂ ਲੈ ਗਈਆਂ, ਤੁਹਾਡਾ ਪਿਓ ਫਿਰ ਕਿੱਥੇ ਉਹਨੂੰ ਲੈ ਗਏ ਸੀਗੇ ਜਦੋਂ ਲੱਤਾਂ ਲੈ ਗਈਆਂ, ਫਿਰ ਕੋਈ ਲਗਿਆ ਉੱਥੇ ਗੱਡੀ 'ਤੇ ਪਾ ਕੇ ਲਗੇ ਉਹਨੂੰ? ਕੋਈ ਨਹੀਂ ਗਿਆ। ਅੱਛਾ, ਕਿਹਨੇ ਜਾਣਾ ਸੀਗਾ ਉਹ ਤਾਂ ਸਾਰੇ ਅਗਲੇ ਮਾਰੇ ਬਣਾਏ ਸੀ ਕਾਢ ਜਾਂਦਾ, ਉਹਦਾ ਹੀ ਆ ਫਿਰ ਹਿਸਾਬ ਦਾ ਨਿਕਲ ਗਏ ਆ ਅਸੀਂ, ਹਸਪਤਾਲ ਸੀਗਾ ਸੱਚ ਹਸਪਤਾਲ, ਉੱਥੇ ਅੱਗੇ ਮੇਰੀ ਮਾਂ ਸੀਗੀ ਬੈਠੀ, ਉਹਦੀਆਂ ਦੋ ਗਲਾਂ ਲੱਥਗਾ ਸੀਗੀਆਂ, ਪਹਿਲਾਂ ਹੀ ਉਹ ਚੁੱਕ ਆ ਗਈ ਸੀਗੀ। ਅੱਛਾ, ਉਹਨਾਂ ਨੇ ਚੁੱਕਿਆ ਚੱਕਿਆ, ਹਾਂ ਉਹੀ ਗੱਲ। ਅਤੇ ਪਿੱਛੇ ਕੀ ਕੀ ਘਰ 'ਤੇ ਛੱਡ ਗਏ, ਘਰ ਕਿਵੇਂ ਦਾ ਸੀ ਤੁਹਾਡਾ? ਨਾ ਜਿਹੜਾ ਸੀਨਾ ਜਿਹੜਾ ਉਹ ਇੱਧਰ ਆਏ ਆ ਅਸੀਂ, ਇਹ ਜਿਹੜਾ ਹੁਣ ਆਦੀ ਵੱਜਣਾ ਸੀ ਇਹਨਾਂ ਦਾ ਕੰਜਰਾ ਦਾ ਸਿੱਖਾਂ ਦਾ, ਅਤੇ ਅਸੀਂ ਘਰ ਕਿਵੇਂ ਦਾ ਸੀ ਤੁਹਾਡਾ, ਕੀ ਛੱਡ ਗਏ ਉੱਥੇ? ਘਰ ਸਾਡੇ ਜਿੱਦਾਂ ਦੇ ਹੈਗੇ ਤੇ ਛੱਡ ਕੇ ਆਏ, ਕੋਈ ਨਹੀਂ ਅਸੀਂ ਸਾਨੂੰ ਪਤਾ, ਪੰਡਾ ਬੰਨ ਲਈਆਂ ਲੀੜੇ ਦੀ, ਉੱਥੇ ਬਾਬਾ ਲੀੜੇ ਸੀਗੇ ਸਾਡੇ ਨਵੇਂ ਕੋਲ, ਪੰਡਾ ਬੰਨ ਕੇ ਰੱਖ ਕੇ ਆ ਗਏ। ਅਮੀਰ ਸੀ ਉੱਥੇ ਬਾਬਾ ਕਿ ਗਰੀਬ ਹੁੰਦੇ ਜੀ ਤੁਸੀਂ? ਨਾ ਬਹੁਤੇ ਗਰੀਬ ਸੀ, ਨਾ ਬਹੁਤੇ ਡੇਰੀ ਭਰਾ ਦਾ ਮੇਰੇ ਲੱਗੇ ਸੀ ਦਿਲ ਲੋਕਾਂ ਦੇ ਨਾਲ ਕੰਮ ਕਰਨ, ਨਵੇਂ ਭਰਾ ਮੇਰੇ ਜਿਹੜਾ ਮੇਰਾ ਪਿਓ ਸੀ ਉਹ ਘਰੇ ਮੰਝਾਂ ਮੰਝਾਂ ਚਾਰਦਾ ਹੁੰਦਾ ਸੀਗਾ, ਪਹਿਲਾਂ ਇਹ ਰਾਤ ਸੀ ਨਾ ਸਾਨੂੰ ਜਦੋਂ ਆਈ, ਉਦੋਂ ਮੇਰਾ ਪਿਓ ਕਹਿੰਦਾ ਮੈਂ ਪਸ਼ੂ ਖੇ ਬੰਨ ਦੇਈਏ ਕੰਡੀਆਂ ਤੇ ਤੜਕੇ ਵਾਂਗਾ ਸਮਝ ਤੁਸੀਂ ਗੱਲ ਕਰੋ, ਇੱਦਾਂ ਅਸੀਂ ਪੰਡਾ ਤਦ ਚਾਰ ਪੰਡਾ ਕਿਹੜੀ ਚੁੱਕ ਗਏ ਤਾਂ ਕਿਹੜੀ ਰਾਤ ਹੈ ਕਿ ਜੇ ਘਰ ਦਾ ਸਮਾਨ ਚੁੱਕਿਆ ਇਹਨਾਂ ਇੱਦਾਂ ਉਹ ਚੰਗੀਆਂ ਚੰਗੀਆਂ ਪੰਡਾ ਬੰਨ੍ਹ ਕੇ ਤਾਂ ਉੱਥੇ ਰੱਖੇ ਹੋਏ ਆ, ਉਹ ਨਹੀਂ ਲਿਆਉਂਦੀਆਂ ਬੰਦਾ ਨਹੀਂ ਲਿਆਉਂਦੀਆਂ ਗਈ ਵਿਹਲੇ ਰਹਿੰਦੇ ਆ, ਹਾਂ ਮਾਰ ਕੇ ਮੈਂ ਤਾਂ ਆਉਂਦਾ ਚਾਹੇ ਉਹ ਜਦੋਂ ਮੇਰੇ ਪਿਓ ਦੀਆਂ ਲੱਤਾਂ ਵੱਡੀਆਂ ਸੀਗੀਆਂ, ਉਹ ਫਿਰ ਮੇਰੇ ਭਰਾ ਆਏ ਅਤੇ ਇਕੱਠੀਆਂ ਕਰਕੇ ਖੇਤ ਵਿੱਚ ਆ ਕੇ ਬੰਨ੍ਹ ਕੇ ਉੱਥੇ ਗੱਡੀ ਦੇ ਵਿੱਚ ਰੱਖਦੇ, ਉਹ ਪਤਾ ਨਹੀਂ ਹੁਣ ਕਿਸੇ ਨੂੰ ਛੁੱਟੀ ਛੁੱਟੀ ਦਿੱਤਾ ਰਾਹ ਰੱਖਦੇ ਅਗਲੇ, ਉਹ ਤਾਂ ਸਾਢੇ ਦਿੱਤਾ ਸੀ ਅਗਲੇ ਨੂੰ ਜਿਹਨਾਂ ਜਿੱਤਿਆ ਸੀਗਾ, ਤਾਂ ਮੈਂ ਆਇਆ ਸੀਗੀ ਵਾਹਵਾ ਸੱਤਾਂ ਸਾਲਾਂ ਦੇ ਅੱਠਾਂ ਸਾਲਾਂ ਦੀ ਸੀਗੀ, ਮੈਂ ਉਦੋਂ ਬਸ ਤੁਰੀ ਫਿਰਦੀ ਸੀਗੀ, ਮੈਂ ਆਮਣਾ ਚਾਹਣ ਪਹਿਲਾਂ ਮੇਰੇ ਆਏ ਗੱਡੀ ਆਏ ਪਈ ਨਾਲ ਇੱਧਰ ਮੇਰਾ ਪਿਓ ਉਹਦੀਆਂ ਲੱਤਾਂ ਪਹਿਲਾਂ ਪਾਸੇ ਆ ਉਹ ਵਧੀਆ ਗਈਆ ਮੇਰੇ ਪਿਓ ਦੀ ਇੱਛਾ ਨਾਨੀ ਨੂੰ ਹੁਣ ਭਾਈ ਅੱਜ ਕੱਲ੍ਹ ਸੁਣਦਾ ਵੀ ਘੱਟ ਆ, ਸੁਣਦਾ ਵੀ ਬਹੁਤ ਘੱਟ ਆ, ਤੇ ਅੱਜ ਦੀ ਗੱਲ ਹੁਣ ਦੀ ਗੱਲ ਘੰਟੇ ਤਾਈਂ ਯਾਦ ਨਹੀਂ ਰਹਿੰਦੀ, ਲੇਕਿਨ 47 ਦੀਆਂ ਗੱਲਾਂ ਨੂੰ ਇੱਕ ਇੱਕ ਯਾਦ ਆ ਜਿਹੜਾ ਉੱਥੇ ਵਾਕਏ ਹੋਏ ਇਹਨਾਂ ਨੂੰ, ਕੋਈ ਨੀ ਸਾਡਾ ਲਾਲ ਚਾਹ
ਉੱਥੇ ਛੱਡ ਕੇ ਆ ਗਏ ਫਿਰ ਉੱਥੇ ਗੱਡੀ ਬੰਨ੍ਹ ਕੇ ਨਾ ਇੱਥੇ ਉਹ ਲੋਕਾਂ ਨੇ ਸੁੱਤੇ ਹੋਣ ਦੇ ਉੱਥੇ ਬਾਅਦ ਗੱਡੀ ਨਾ ਉਹ ਸਿੱਖਾਂ ਦੀ ਸੀਗੀ ਆਪਣੇ ਪਿੰਡਾਂ ਤੋਂ ਗਈ ਇੱਧਰ ਆਪਦੀ ਆ ਉਹ ਵੀ ਉੱਠ ਕੇ ਗਏ ਸੀ ਨਾ ਇੱਧਰੋਂ ਗਈ ਸਿੱਖਾਂ ਦੀ ਗੱਡੀ ਸਾਡੇ ਵਾਲੀ ਸਹੀ ਉੱਧਰ ਚਲੇ ਗਏ ਅਸੀਂ ਉੱਧਰ ਆ ਗਏ ਏਦਾਂ ਹੋਈ ਆ ਬਹੁਤ ਮਾੜੀ ਹੋਈ ਅਤੇ ਬਹੁਤ ਖਰਾਬਾ ਬਹੁਤ ਹੋਈਆ ਮੇਰਾ ਤਾਂ ਫਿਰ ਉਹਦੀਆਂ ਇੱਥੇ ਲੱਤਾਂ ਲਾ ਗਈ ਓਕੇ ਜੀ ਕੋਈ ਆਇਆ ਪਿਆ ਇੱਧਰ ਦੀ ਮੇਰੇ ਵਾਲੀ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਹਰਬਾਨੀ ਤੁਹਾਡੀ ਵੀਡੀਓ ਵੇਖਣ ਵਾਸਤੇ ਚਲਾਈ ਵੀ ਵੱਡਾ ਨੇ ਉਦੋਂ ਇਹ ਹਾਲਾਤ ਜਿਹੜੇ ਹੋਏ ਉਦੋਂ ਬਹੁਤ ਮਾੜੇ ਹੋਏ ਵਾਵਾ ਵੀ ਹੁਣ ਮਾਰ ਚੱਲੇ ਹੁਣ ਇਸੇ ਤਰ੍ਹਾਂ ਉਹ ਗੱਡੀ ਸਾਰੀ ਜਿੰਨੇ ਠਾ ਕੇ ਸਾਰੇ ਇੱਥੇ ਆਏ ਮਾਰੇ ਕੋਈ ਮਰ ਗਏ ਕੋਈ ਜੀਵ ਜੀਵ ਕੇ ਕੋਈ ਵੀ ਇੱਦਾਂ ਹੈ ਵੀ ਨਹੀਂ ਪਤਾ ਰਿਹਾ ਸਾਡਾ ਕੁਛ ਹੈ ਮੈਂ ਸੱਤਾਂ ਸਾਲਾਂ ਦੀ ਸੀਗੀ ਜਦੋਂ ਉੱਜਰ ਕੇ ਆਇਆ ਤਾਂ ਵਾਵਾ ਹੈਗੀ ਸੀ ਇਹ ਕਰਕੇ ਆਉਂਦਾ ਵਾਵਾ ਇਹ ਭਰਾ ਮੇਰਾ ਸੀਗਾ ਕੋਈ ਅੱਡ ਹੋਇਆ ਸੀ ਜਾਂ ਕੋਈ ਸੀਗਾ ਕੱਚਾ ਇਹਨਾਂ ਨੂੰ ਜਿਹਦੇ ਉੱਜੜ ਕੇ ਆਇਆ ਨਾ ਵੀ ਵੱਡਾ ਭਰਾ ਮੇਰਾ ਅੱਡ ਸੀਗਾ ਤਾਂ ਕੰਮ 'ਤੇ ਗਿਆ ਸੀਗਾ ਕਿਤੇ ਤੇ ਇਹ ਜਿਹਦੇ ਪਤਾ ਲੱਗਾ ਵੀ ਹੁਣ ਨਹੀਂ ਰਹਿਣਾ ਲੋਕੀ ਕਹਿੰਦੇ ਇੱਥੇ ਨਿਕਲ ਜਾਣਾ ਹੌਲੀ ਪਤਾ ਲੱਗਦਾ ਪਸ਼ੂ ਵੀ ਅਸੀਂ ਸੀ ਉੱਥੇ ਮਈਆਂ ਦੋ ਤਿੰਨ ਮਈਆਂ ਸੀ ਬਲਦ ਸੀ ਸਾਰੇ ਖੋਲ ਖਾਲ ਕੇ ਛੱਡ ਦਿੱਤੇ ਮੇਰੇ ਪਿਓ ਨੂੰ ਪੂਰਾ ਬਾਲ ਵੀ ਇੱਥੇ ਜੇ ਮਾਰ ਲੈਂਦੇ ਤਾਂ ਉਹਦਾ ਦੇਣ ਸਾਂਭ ਲਏ ਉਹਦੀ ਉਹ ਸਿੱਖਾਂ ਨੂੰ ਜਿਹੜੇ ਛੱਡ ਕੇ ਆਏ ਅਸੀਂ